ਅੱਛਾ ਵੀਰੋ Air India ਦੀ ਡੀਲ ਦੇ ਬਾਰੇ ਮੈਂ ਵੀਡੀਓ ਪਾਈ ਸੀਗੀ ਵੀਰੋ ਦੇਖੋ ਜਦੋਂ ਵੀ ਮੈਂ ਕੋਈ ਵੀਡੀਓ ਪਾਣਾ ਆ ਉਹ ਬਹੁਤ ਸ਼ਾਰਟ ਵੀਡੀਓ ਹੁੰਦੀ ਆ ਇਸ ਤੋਂ ਬਾਅਦ ਤੁਸੀਂ ਉਹਦੇ ਤੇ ਸਰਚ ਕਰਕੇ ਉਹਦੀ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਆ ਨਾ ਤਾਂ ਮੈਂ ਕਿਸੇ ਦੇ ਕਮੈਂਟ ਦਾ ਰਿਪਲਾਈ ਕਰਦਾ ਆ ਚਾਹੇ ਚੰਗਾ ਹੋਵੇ ਚਾਹੇ ਮਾੜਾ ਕਿਉਂਕਿ ਵੀਡੀਓ ਜਿਹੜੀ ਆ ਜੇਕਰ ਕਿਸੇ ਨੂੰ ਸਹੀ ਲੱਗੇਗੀ ਉਹਦੇ ਇਨਫੋਰਮੇਸ਼ਨ ਦੇ ਲਈ ਹੋਏਗੀ ਉਹ ਬੈਨੀਫਿਟ ਲੈ ਲਏਗਾ ਨਹੀਂ ਹੋਏਗੀ ਤਾਂ ਫਿਰ ਤਾਂ ਵੀ ਕੋਈ ਗੱਲ ਨਹੀਂ ਸੋ ਵੀਰੋ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਸਾਰੀ ਇਹ ਗੱਲ ਦੱਸ ਦੰਨਾ ਪਤਾ ਮੈਨੂੰ ਸਾਰਾ ਹੀ ਹੁੰਦਾ ਆ ਲੇਕਿਨ ਮੈਂ 1 ਮਿੰਟ ਤੋਂ ਜ਼ਿਆਦਾ ਦੀ ਵੀਡੀਓ ਜਿਹੜੀ ਉਹ ਨਹੀਂ ਬਣਾਉਂਦਾ ਸੋ ਦੁਨੀਆ ਦੀ ਸਭ ਤੋਂ ਵੱਡੀ 에ਵੀਏਸ਼ਨ ਡੀਲ ਆ ਬੋਇੰਗ ਨੇ ਜਿਹੜਾ ਆ ਉਹ 220 ਤੇ 에어ਬੱਸ ਨੇ 250 에어ਕ੍ਰਾਫਟ ਜਿਹੜੇ ਉਹ ਦੇਣੇ ਆ 에어 ਇੰਡੀਆ ਨੂੰ ਜਾਂ ਫਿਰ ਤੁਸੀਂ ਇਦਾਂ ਕਹ ਲਓ 에어 ਇੰਡੀਆ ਨੇ ਜਿਹੜਾ ਆ ਉਹ 220 ਜਿਹੜੇ ਆ ਉਹ ਬੋਇੰਗ ਤੋਂ ਤੇ 250 에어ਕ੍ਰਾਫਟ ਜਿਹੜੇ ਆ ਉਹ 에어ਬੱਸ ਤੋਂ ਲੈਣੇ ਆ ਗਲੋਬਲ ਮਾਰਕੀਟ 플레이ਰ ਜਿਹੜਾ ਉਹ ਬਣਨ ਦੀ ਤਿਆਰੀ ਦੇ ਵਿੱਚ ਆ ਟਾਟਾ ਗਰੁੱਪ ਦੀ 에어ਲਾਈਨ 에어 ਇੰਡੀਆ ਨੇ 470 에어ਕ੍ਰਾਫਟ ਜਿਹੜੇ ਆ ਉਹ ਦੁਨੀਆ ਦੀ ਜਿਹੜੀ ਤੁਸੀਂ ਕਹਿ ਸਕਦੇ ਸਭ ਤੋਂ ਵੱਡੀ ਡੀਲ ਜਿਹੜੀ ਉਹ ਸਾਈਨ ਕੀਤੀ ਆ ਹੁਣ ਇਸ ਡੀਲ ਦੇ ਵਿੱਚ ਫ੍ਰਾਂਸ ਦੀ ਕੰਪਨੀ ایرਬਸ ਜਿਹੜੀ ਆ ਉਹਦੇ ਤੋਂ 250 에ਰਕ੍ਰਾਫਟ ਤੇ ਅਮਰੀਕਾ ਦੀ ਜਿਹੜੀ ਕੰਪਨੀ ਬੋਇੰਗ ਉਹਦੇ ਚੋਂ 220 에ਰਕ੍ਰਾਫਟ ਜਿਹੜੇ ਉਹ ਲਏਗੀ 에ਅਰ ਇੰਡੀਆ ਸੋ ਕਈ ਬੰਦੇ ਕਹਿ ਰਹੇ ਸੀ ਇਨਾ ਤਾਂ ਫ੍ਰਾਂਸ ਤੋਂ ਲਏ ਆ ਨਾ ਫਿਰ ਹੋਰ ਸੋ ਵੀਰੋ ਚੰਗੀ ਤਰ੍ਹਾਂ ਜਿਹੜੀ ਨਾ ਉਹ ਖਬਰ ਚੰਗੀ ਤਰ੍ਹਾਂ ਟਾਈਮ ਦੇ ਕੇ ਪੜਿਆ ਕਰੋ ਮਤਲਬ ਕਿ ਉਂਗਲ ਮਾਰ ਕੇ ਅੱਗੇ ਨਹੀਂ ਕੱਢਣੀ ਜਦੋਂ ਤੁਸੀਂ ਕੋਈ ਨਿਊਜ਼ਪੇਪਰ ਪੜ੍ਹਦੇ ਆ ਉਹਨੂੰ ਚੰਗੀ ਤਰ੍ਹਾਂ ਪੜ੍ਹਨਾ ਆ ਹੁਣ ਅੱਗੇ डील ਦਾ ਜਿਹੜਾ ਉਹ ਪਹਿਲਾਂ ਇਸ ਤੋਂ ਜਿਹੜੀ ਏਦਾਂ ਦੀ ਡੀਲ ਹੋਈ ਆ ਉਹ ਅਮਰੀਕਨ 에ਅਰਲਾਈਨਸ ਦੇ ਨਾਮ ਤੇ ਰਿਕਾਰਡ ਸੀਗਾ ਜਿਹੜੋ ਕਿ 2011 ਦੇ ਵਿੱਚ 에ਅਰਬਸ ਤੇ ਬੋਇੰਗ ਤੋਂ 460 에ਅਰਕ੍ਰਾਫਟ ਜਿਹੜੇ ਉਹ ਅਮਰੀਕਨ 에ਅਰਲਾਈਨਸ ਨੇ ਆਰਡਰ ਕੀਤੇ ਸੀ ਲੇਕਿਨ ਹੁਣ ਇਹ 에ਅਰ ਇੰਡੀਆ ਨੇ ਤੋੜਤਾ ਹੈ ਰਿਕਾਰਡ ਸੋ 31 에ਅਰਕ੍ਰਾਫਟ ਜਿਹੜੇ ਸਾਲ ਦੇ ਆਖਰ ਦੇ ਵਿੱਚ ਸ਼ਾਮਲ ਹੋ ਜਾਣਗੇ ਇਸ ਤੋਂ ਇਲਾਵਾ ਬਾਕੀ 2025 ਦੇ ਮਿੱਡ ਤੱਕ ਆਣਗੇ 에ਅਰ ਇੰਡੀਆ ਨੇ ਹਜੇ ਤੱਕ ਕੋਈ ਵੀ ਪ੍ਰਾਈਸ ਦੀ ਜਿਹੜੀ ਉਹ ਘੋਸ਼ਣਾ ਨਹੀਂ ਕੀਤੀ ਇਸ ਤੋਂ ਇਲਾਵਾ ਇਹ ਵੀ ਤੁਹਾਨੂੰ ਦੱਸ ਦਵਾਂ ਕਿ 2005 ਤੋਂ ਬਾਅਦ ਪਹਿਲੀ ਵਾਰੀ ਜਿਹੜੀ ਉਹ 에ਅਰਕ੍ਰਾਫਟ ਖਰੀਦੇਗੀ 에ਅਰ ਇੰਡੀਆ ਇਹਦੇ ਚ ਹੁਣ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਆ ਇਹ ਵੀ ਤੁਸੀਂ ਮਤਲਬ ਕਿ ਅਧਿਆਕ ਨੇ ਯਕੀਨ ਕਰਨਾ ਅਧਿਆਕ ਨੇ ਨਹੀਂ ਕਰਨਾ ਲੇਕਿਨ ਤੁਸੀਂ ਜਾ ਕੇ ਵੀ ਚੈੱਕ ਕਰਿਓ ਬੋਇੰਗ ਡੀਲ ਦੇ ਨਾਲ ਅਮਰੀਕਾ ਦੇ ਵਿੱਚ 10 ਲੱਖ ਜੌਬਸ ਜਿਹੜੀਆਂ ਉਹ ਜਨਰੇਟ ਹੋਣ ਗਿਆ 에ਅਰਬਸ ਦੀ ਜਦੋਂ ਇਹ ਡੀਲ ਹੋਈ ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜਾ ਉਹ 에ਅਰ ਇੰਡੀਆ ਤੇ ਬੋਇੰਗ ਦੇ ਵਿੱਚ ਇਹ ਘੋਸ਼ਣਾ ਕੀਤੀ ਡੀਲ ਦੀ 220 에어ਕ੍ਰਾਫਟ ਤੇ ਇਹਨੂੰ ਲੈ ਕੇ ਉਹਨਾਂ ਜਿਹੜੇ ਵਾਈਡਨ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਤੇ ਵਾਈਡਨ ਨੇ ਡੀਲ ਨੂੰ ਦੋਨੋਂ ਦੇਸ਼ਾਂ ਦੇ ਵਿੱਚ ਮੇਲ ਦਾ ਪੱਥਰ ਦੱਸਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ 44 ਰਾਜਾਂ ਦੇ ਵਿੱਚ 10 ਲੱਖ ਤੋਂ ਜ਼ਿਆਦਾ ਨੌਕਰੀਆਂ ਜਨਰੇਟ ਹੋਣਗੀਆਂ ਹੁਣ ਇਹ ਗੱਲ ਲੋਕਾਂ ਨੂੰ ਪਚਦੀ ਨਹੀਂ ਪਈ ਕਿ ਭਾਰਤ ਕਿੱਦਾਂ ਇੰਨਾ ਅੱਗੇ ਜਾ ਰਿਹਾ ਆ ਭਾਰਤ ਕਿੱਦਾਂ ਕਿਸੇ ਹੋਰ ਮੁਲਕ ਦੇ ਵਿੱਚ ਨੌਕਰੀਆਂ ਜਨਰੇਟ ਕਰ ਸਕਦਾ ਆ ਸੋ ਵੀਰੋ ਭਾਰਤ ਬਹੁਤ ਵੱਡਾ ਆ ਅਸੀਂ ਕੁਝ ਇੱਕ ਏਰੀਆ ਨੂੰ ਲੈ ਕੇ ਜਿਹੜਾ ਉਹ ਮਤਲਬ ਕਿ ਸਾਰਾ ਜਿਹੜਾ ਉਹ ਆਈਡੀਆ ਨਹੀਂ ਲਗਾ ਸਕਦੇ ਹੁਣ ਮੈਂ ਵੀਡੀਓ ਜਿਹੜੀਆਂ ਉਹ ਪੂਰੇ ਮੁਲਕਾਂ ਦੀਆਂ ਪੰਨਾ ਆ ਜਦੋਂ ਉੱਥੋਂ ਦੀ ਕੋਈ 네ਗਟਿਵ ਚੀਜ਼ ਦਿਖਾ ਦਵਾ ਤੇ ਲੋਕੀ ਜਿਹੜੇ ਆ ਉਹ ਮਤਲਬ ਕਿ ਮੈਨੂੰ ਕਮੈਂਟਾਂ ਦੇ ਕਮੈਂਟ ਕਰਨ ਲੱਪੰਦੇ ਆ ਸੋ ਮੈਂ ਤਾਂ ਜੋ ਹੈ ਉਹ ਦਿਖਾਣਾ ਹੀ ਦਿਖਾਣਾ ਆ ਤੇ ਬਾਕੀ ਪਰ ਖਬਰ ਨੂੰ ਉਂਗਲ ਮਾਰ ਕੇ ਅੱਗੇ ਨਾ ਕੱਢਿਆ ਕਰੋ ਮੇਰੀ ਵੀਡੀਓ ਤੇ ਚਲੋ ਨਹੀਂ ਵੀ ਦੇਖਣੀ ਕਿਸੇ ਨੇ ਨਾ ਦੇਖੇ ਲੇਕਿਨ ਤੁਸੀਂ ਜਦੋਂ ਵੀ ਕੋਈ ਖਬਰ ਦੇਖਦੇ ਹੋ ਉਹਨੂੰ ਪੂਰੀ ਤਰ੍ਹਾਂ ਦੇਖਿਆ ਕਰੋ ਤੁਹਾਨੂੰ ਵਧੀਆ ਲੱਗੇਗਾ ਚੰਗਾ ਲੱਗੇਗਾ ਬਾਕੀ ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਖੁਸ਼ ਰਹੋ ਤੇ ਜ਼ਿੰਦਗੀ